ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 30 ਮਈ ਦਿਨ ਸੋਮਵਾਰ ਤੇ ਸਾਡੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 408-272-2500। ਇਸ ਦੇ ਨਾਲ ਨਾਲ ਇਹਨਾਂ ਦੇ ਕੋਲੋਂ ਜੇ ਤੁਸੀਂ AARP ਦੇ ਮੈਂਬਰ ਹੋ ਤੇ ਜੇ ਤੁਹਾਡਾ ਰੈਕਰਡ ਕਲੀਨ ਹੈ ਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ਇਸ ਡਿਸਕਾਊਂਟ ਨੂੰ ਕਿੱਦਾਂ ਲੈ ਸਕਦੇ ਹੋ ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 408-272-2500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਲਤਾ ਮੰਗੇਸ਼ਕਰ ਅਤੇ ਸਚਿਨ ਤੇਂਦੁਲਕਰ ਦਾ ਮਜ਼ਾਕ ਉਡਾਉਣ ਤੇ ਕਮੇਡੀਅਨ ਤਨਮੇ ਭੱਟ ਖਿਲਾਫ ਸ਼ਿਕਾਇਤ ਦਰਜ। ਇਹ ਅੱਜ ਬੜੀ ਵੱਡੀ ਚਰਚਾ ਚੱਲੀ ਪਈ ਹੈ ਜੀ ਇਸ ਵਿਵਾਦ ਤੇ। ਲਗਭਗ ਜਿਹੜੇ ਕੌਮੀ ਚੈਨਲ ਹੈ ਉਹ ਖਾਲੀ ਬੈਠੇ ਸੀ, ਉਹਨਾਂ ਨੂੰ ਇੱਕ ਚਰਚਾ ਲੱਭੀ ਤੇ ਅੱਜ ਉਹਨਾਂ ਨੇ ਪੂਰੀ ਇਸ ਚਰਚਾ ਤੇ ਦੰਦ ਘਸਾਈ ਕੀਤੀ। ਹੁਣ ਇਹ ਜਿਹੜੀ ਖਬਰ ਆ ਰਹੀ ਹੈ ਕਿ ਤਨਮੇ ਭੱਟ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਔਰ ਮੁਕੱਦਮਾ ਦਰਜ ਕਰਵਾਇਆ MNS ਮਹਾਰਾਸ਼ਟਰ ਨਵ ਨਿਰਮਾਣ ਸੈਨਾ ਹੈ, ਜਿਹੜੀ ਸ਼ਿਵ ਸੈਨਾ ਦਾ ਹਿੱਸਾ ਹੀ ਕਹਿ ਲਈਏ ਉਹਨੂੰ। ਉਹਨਾਂ ਨੇ ਪਰਚਾ ਦਰਜ ਕਰਵਾਇਆ ਇੱਕ ਬੀਬੀ ਦੇ ਥਰੂ। ਉਹਨਾਂ ਨੇ ਹੁਣ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਫੇਸਬੁੱਕ ਔਰ ਜੋ ਯੂਟਿਊਬ ਹੁੰਦਾ ਉਹਨਾਂ ਤਾਂ ਵੀ ਅਪਰੋਚ ਕੀਤੀ ਹੈ ਕਿ ਇਸ ਵੀਡੀਓ ਨੂੰ ਹੈ ਜਿਹੜਾ ਡਿਲੀਟ ਕਰ ਦਿੱਤਾ ਜਾਵੇ ਜਾਂ ਬਲੌਕ ਕਰ ਦਿੱਤਾ ਜਾਵੇ, ਜੋ ਵੀ ਆਪਸ਼ਨ ਯੂਜ ਹੋ ਸਕਦਾ ਉਹਨੂੰ ਵਰਤਿਆ ਜਾਵੇ। ਉਹਦੇ ਵਿੱਚ ਵੀਡੀਓ ਦੇ ਵਿੱਚ ਉਸ ਐਕਟਰ ਨੇ, ਉਸ ਕਮੇਡੀਅਨ ਨੇ ਇਹਨਾਂ ਦੋਹਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਰੋਲ ਪਲੇ ਕੀਤਾ। ਉਹ ਵੀਡੀਓ ਹੈ ਕੁਛ ਮਿੰਟ ਦਾ ਔਰ ਉਹਦੇ ਵਿੱਚ ਮਜ਼ਾਕੀਆ ਅੰਦਾਜ਼ ਦੇ ਵਿੱਚ ਟਿੱਪਣੀਆਂ ਨੇ, ਕੁਛ ਇਹੋ ਜਿਹਾ ਨਹੀਂ ਹੈ। ਔਰ ਕਮਾਲ ਦੀ ਗੱਲ ਹੈ ਕਿ ਲਤਾ ਮੰਗੇਸ਼ਕਰ ਤੇ ਜਿਹੜਾ ਸਚਿਨ ਤੇਂਦੁਲਕਰ ਹੈ ਉਹਨਾਂ ਕੁਛ ਨਹੀਂ ਆਖਿਆ, ਪਰ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਜਿਹੜੀ ਇਹ ਸ਼ਿਵ ਸੈਨਾ ਵਾਲੇ ਉਹਨਾਂ ਨੂੰ ਪਹਿਲਾਂ ਹੀ ਮਿਰਚਾਂ ਲੱਗ ਗਈਆਂ, ਉਹਨਾਂ ਨੇ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ। ਉਹਨਾਂ ਨੂੰ ਸ਼ਾਇਦ ਇਹ ਸੀ ਕਿ ਕੋਈ ਹੋਰ ਨਾ ਮੁੱਦਾ ਚੁੱਕ ਕੇ ਸਾਡੇ ਹੱਥੋਂ ਮੁੱਦਾ ਨਾ ਲੈ ਜੇ, ਗੱਲ ਮੁੱਦਿਆਂ ਦੀ ਵੀ ਹੈ। ਦੂਜੇ ਪਾਸੇ ਸਵਾਲ ਸਭ ਤੋਂ ਅਹਿਮ ਖੜਾ ਹੁੰਦਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਨਵ ਨਿਰਮਾਣ ਸੈਨਾ ਬੋਲਣ ਦੀ ਆਜ਼ਾਦੀ ਹੈ ਜਿਹੜੀ, ਉਹਦੇ ਤੋਂ ਵੀ ਖਫਾ ਹੈ, ਉਹਦੇ ਤੋਂ ਵੀ ਗੁੱਸੇ ਆ ਕਿ ਇਹਨਾਂ ਨੇ ਮਹਾਨ ਵਿਅਕਤਿਤਵ ਜਿਹੜੇ ਆ ਉਹਨਾਂ ਦਾ ਨਿਰਾਦਰ ਕੀਤਾ ਹੈ, ਸੋਚ ਕੇਸ ਦਰਜ ਕਰਵਾ ਦਿੱਤਾ ਉਹਨਾਂ ਨੇ। ਚਲੋ ਇਹਨਾਂ ਚੀਜ਼ਾਂ ਨਾਲ ਸਹਿਮਤ ਵੀ ਹੋ ਜਾਂਦੇ ਆ, ਹੋਇਆ ਜਾਂਦਾ ਨਹੀਂ ਪਰ ਹੋ ਜਾਂਦੇ ਆ। ਦੂਜੇ ਪਾਸੇ ਇਹਨਾਂ ਦੇ ਅੱਜ ਇੱਕ ਬੰਦੇ ਨੇ ਸ਼ਿਵ ਸੈਨਾ ਵਾਲੇ ਨੇ, ਇਹਨਾਂ ਦੀ ਨਾਂ ਹੀ ਵੱਖੋ ਵੱਖਰੇ ਆ, ਥੱਲੇ ਜੜ ਇੱਕੀ ਪਤਾਲ ਦੇ ਵਿੱਚ ਆ, ਤਾਂ ਉੱਥੇ ਇੱਕ ਨੇ ਅੱਜ ਫੇਸਬੁੱਕ ਤੇ ਫਿਰ ਅੱਗ ਲਾ ਦਿੱਤੀ। ਉਹਨੇ ਕਿਹਾ ਅਸੀਂ ਭਿੰਡਰਾਂ ਵਾਲੇ ਦੇ ਮਰਨ ਦਿਹਾੜੇ ਤੇ ਅਸੀਂ ਲੱਡੂ ਵੰਡਾਂਗੇ ਔਰ ਸਾਨੂੰ ਕੋਈ ਰੋਕ ਕੇ ਵਿਖਾਵੇ, ਲਲਕਾਰ ਰੈਲੀ ਤੇ ਜਿਹੜੀ ਅੱਗੇ ਟਲ ਗਈ ਆ, ਹੁਣ ਨਹੀਂ ਟਲਾ ਗਿਆ ਅਸੀਂ ਲੱਡੂ ਵੰਡਾਂਗੇ। ਹੁਣ ਵੇਖੋ ਇਹ ਕਮਾਲ ਦੀ ਗੱਲ ਹੈ ਕਿ ਉੱਥੇ ਇਹ ਲੋਕ ਜਿਹੜੇ ਇੱਕ ਕਮੇਡੀਅਨ, ਪਹਿਲਾਂ ਇਹਨਾਂ ਨੇ ਕਾਕੂ ਸ਼ਰਦਾ ਸੀਗਾ ਜਿਹੜਾ, ਕਿਕੂ ਸ਼ਰਦਾ, ਉਹਦੇ ਤੇ ਮੁਕੱਦਮਾ ਦਰਜ ਕਰਵਾ ਦਿੱਤਾ ਜਿਹੜਾ ਸਰਸੇ ਵਾਲਾ, ਇਹਨੇ ਪਰਚਾ ਦਰਜ ਕਰਵਾ ਦਿੱਤਾ। ਇਹਦੇ ਪ੍ਰੇਮੀਆਂ ਨੇ ਬੜੀ ਤਸੱਲੀ ਕਰਵਾਈ ਇਹਨਾਂ ਨੇ ਉਹਦੀ, ਉਸ ਤੋਂ ਪਹਿਲਾਂ ਇੱਕ ਕਾਰਟੂਨਿਸਟ ਤੇ ਪਰਚਾ ਦਰਜ ਹੋ ਚੁੱਕਾ। ਸੋ ਇਹ ਕਲਾਕਾਰਾਂ ਨੂੰ ਵੀ ਨਹੀਂ ਬਖਸ਼ਦੇ। ਤੇ ਦੂਜੇ ਪਾਸੇ ਇਹਨਾਂ ਦੇ ਬੰਦੇ ਆ ਜਿਹੜੇ ਉਹ ਪੰਜਾਬ ਦੀ ਜਿਹੜੀ ਇੱਕ ਭਾਈਚਾਰਕ ਆਵੋ ਹਵਾ ਹੈ ਜਿਹੜੀ, ਉਹਦੇ ਵਿੱਚ ਜ਼ਹਿਰ ਘੋਲਣ ਚ ਲੱਗੇ ਆ, ਉਹਨਾਂ ਤੇ ਕੋਈ ਕਾਰਵਾਈ ਨਹੀਂ। ਇਹ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਜੇ ਕੋਈ ਬੋਲਣ ਦੀ ਆਜ਼ਾਦੀ ਦਾ ਇਸਤੇਮਾਲ ਕਰਦਾ ਹੈ, ਇੱਕ ਕਲਾਕਾਰ ਹੈ, ਜੇ ਕਲਾਕਾਰ ਹੀ ਕਿਸੇ ਦੀ ਰੀਸ ਨਹੀਂ ਕਰੇਗਾ, ਕਿਸੇ ਤੇ ਜਿਹੜੀ ਹੈ ਉਹ ਨਕਲ ਨਹੀਂ ਕਰੇਗਾ, ਕਿਸੇ ਤੇ ਉਹ ਤੰਜ ਨਹੀਂ ਕੱਸੇਗਾ, ਤਾਂ ਉਹਦੀ ਕਲਾ ਜਿਹੜੀ ਹੈ ਉਹ ਚੱਲੇਗੀ ਕਿਵੇਂ, ਵਿਕਸਿਤ ਕਿਵੇਂ ਹੋਏਗੀ। ਤੇ ਦੂਜੇ ਪਾਸੇ ਜਿਹੜੇ ਹੱਥਾਂ ਚ ਮਸ਼ਾਲਾ ਲੈ ਕੇ ਲਾਂਬੂ ਲਾਉਣ ਲਈ ਕਾਲੇ ਆ, ਉਹਨਾਂ ਨੂੰ ਕੋਈ ਰੋਕਦਾ ਹੀ ਨਹੀਂ। ਜੀ ਜੀ, ਉਹਨਾਂ ਤੋਂ ਸਾਰੇ ਡਰੀ ਜੀ। ਇੱਦਾਂ ਹੀ ਗੱਲ ਕਰ ਲਈਏ ਵੀ ਜਾਟ ਅੰਦੋਲਨ ਕਿੱਦੇ ਫੇਰ ਡਰਾ ਰਿਹਾ ਆ, ਹਰਿਆਣਾ ਅਲਰਟ ਤੇ। ਹਰਿਆਣੇ ਦੇ ਵਿੱਚ ਨੀਮ ਫੌਜੀ ਵਾਲੇ ਜਿਹੜੇ ਉਹ ਤਿਆਰ ਕਰ ਦਿੱਤੇ ਗਏ ਆ। ਅਸਲ ਦੇ ਵਿੱਚ ਇਹਨਾਂ ਨੇ 5 ਤਰੀਕ ਦਾ ਕਿਹਾ ਵਾ ਜਾਟ ਅੰਦੋਲਨ ਅਸੀਂ ਮੁੜ ਤੋਂ ਸ਼ੁਰੂ ਕਰਾਂਗੇ, ਪਰ
ਇਹ ਹਰਿਆਣਾ ਸਰਕਾਰ ਜਿਵੇਂ ਕਹਿ ਲਈਏ ਕਿ ਦੁੱਧ ਦੀ ਸਾਡੀ ਲੱਸੀ ਨੂੰ ਵੀ ਫੂਕਾ ਮਾਰਦੀ ਹੈ। ਇਹਨਾਂ ਨੂੰ ਇਹ ਹੈ ਕਿ ਕਿਤੇ 5 ਤਰੀਕ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ, ਇਹ ਪਹਿਲਾਂ ਹੀ ਸੜਕਾਂ ਤੇ ਨਾ ਆ ਜਾਣ, ਲੀਆਂ ਨਾ ਮੰਨ ਲੈਣ। ਇਸ ਕਰਕੇ ਫੌਜ ਨੂੰ, ਜਿਹੜੀ ਨੀਮ ਫੌਜ ਹੈ, ਉਹਨੂੰ ਤਿਆਰ ਬਰ ਤਿਆਰ ਰਹਿਣ ਦਾ ਇਹਨਾਂ ਨੇ ਸੱਦਾ ਦਿੱਤਾ। ਲੜਤੇ ਨੇ, ਔਰ ਵੈਸੇ ਪੰਜਾਬ ਦੇ ਬਾਰੇ ਵੀ ਖਬਰ ਹੈ ਕਿ ਇਹ ਵੀ ਲੜਤੇ ਆ। ਕਹਿੰਦੇ ਜੀ ਖੁਫੀਆ ਜਿਹੜੀਆਂ ਏਜੰਸੀਆਂ, ਉਹਨਾਂ ਨੂੰ ਪਤਾ ਲੱਗਾ ਕਿ ਪੰਜਾਬ ਤੇ ਵੀ ਹਮਲਾ ਹੋ ਸਕਦਾ ਹੈ। ਖੈਰ, ਉਹ ਖੁਫੀਆ ਵਿਭਾਗ ਵਾਲੇ ਕੀ ਕਰਦੇ ਉਹ ਸਾਰਿਆਂ ਨੂੰ ਪਤਾ। ਪਰ ਇੱਥੇ ਜਾਟ ਅੰਦੋਲਨ ਦੇ ਵਿੱਚ ਹੋਇਆ ਕੀ ਹੈ ਉਹ ਸ਼ਾਇਦ ਸਾਰਿਆਂ ਨੂੰ ਪਤਾ ਲੱਗ ਗਿਆ। ਇਹਨਾਂ ਦਾ ਜਿਹੜਾ ਸੀਗਾ ਜਾਂਚ ਦਾ ਦਾਇਰਾ ਪ੍ਰਕਾਸ਼ ਕਮੇਟੀ ਦੇ ਅਧੀਨ ਜਿਹੜਾ ਆਇਆ, ਉਹਦੇ ਵਿੱਚ ਸਭ ਕੁਝ ਸਾਫ਼ ਹੋ ਗਿਆ। ਰਿਪੋਰਟ ਹੈ ਜਿਹੜੀ ਉਹ ਅਦਾਲਤ 'ਚ ਦਾਖਲ ਹੋਈ, ਜਿੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਰਿਪੋਰਟ ਦੇ ਵਿੱਚ ਸਾਫ਼ ਸਾਫ਼ ਲਿਖਿਆ ਹੈ ਕਿ ਮੁਰਥਲ ਦੇ ਨੇੜੇ ਦੋ ਢਾਬਿਆਂ ਤੇ ਲੜਕੀਆਂ ਜਿਹੜੀਆਂ ਨਗਨ ਆਈਆਂ ਨੇ, ਉਹਨਾਂ ਨੂੰ ਉੱਥੇ ਕੰਬਲ ਜਾਂ ਕੱਪੜੇ ਉੜਵਾ ਕੇ ਤੋਰਿਆ ਗਿਆ। ਉੱਥੋਂ जी ਢਾਬੇ ਵਾਲਿਆਂ ਦਾ ਸਪਸ਼ਟ ਤੌਰ ਤੇ ਨਾਂ ਨਹੀਂ ਆਇਆ ਬੇਸ਼ੱਕ, ਪਰ ਇਹ ਗੱਲ ਜ਼ਰੂਰ ਹੋ ਗਈ ਹੈ ਕਿ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਜਿਹੜੇ ਉਹ ਢਾਬਿਆਂ ਵਾਲੇ, ਹੋਟਲਾਂ ਵਾਲੇ ਮਾਲਕ ਸਨ। ਤੇ ਇਹ ਜਿਹੜਾ ਅੱਗੇ ਚੱਲਿਆ ਜੱਟ ਅੰਦੋਲਨ, ਉਹਦੀ ਜਿਹੜੀ ਮੁੱਢਲੀ ਜਾਂਚ ਕਰਦੀ ਪਈ ਸੀ SIT, ਉਹਨਾਂ ਨੇ ਤੇ ਸਾਫ਼ ਹੀ ਕਹਿ ਦਿੱਤਾ ਸੀਗਾ ਜੀ ਇੱਥੇ ਤਾਂ ਕੁਛ ਹੋਇਆ ਹੀ ਨਹੀਂ। ਫਿਰ ਜਿਹੜੀ ਇਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹਦੇ 'ਚ ਬੀਬੀਆਂ ਅਫਸਰ ਸਨ, ਉਹਨੇ ਵੀ ਕਿਹਾ ਜੀ ਕੁਛ ਨਹੀਂ ਹੋਇਆ, ਸਾਡੇ ਕੋਲ ਕੁਛ ਸ਼ਿਕਾਇਤ ਨਹੀਂ ਆਈ। ਸਰਕਾਰ ਵੀ ਉੱਥੇ ਪਰਦਾਪੋਸ਼ੀ ਕਰਦੇ ਰਹੇ, ਪਰ ਇਹ ਹੁਣ ਜਿਹੜਾ ਕਮੇਟੀ ਦੇ ਵਿੱਚ ਨਿਕਲਦਾ ਆਉਂਦਾ ਪਿਆ, ਫਿਰ ਇਸ ਤੋਂ ਇਲਾਵਾ ਜਿਹੜੀ ਅਫਸਰਾਂ ਦੇ ਵਿੱਚ ਸ਼ਮੂਲੀਅਤ, ਇਹ ਸਭ ਕੁਛ ਸਾਫ਼ ਕਰ ਦਿੰਦਾ ਕਿ ਪਿਛਲਾ ਜੱਟ ਅੰਦੋਲਨ ਸੀ ਜਿਹੜਾ, ਉਹ ਤੇ ਰਲੇ ਮਿਲਿਆਂ ਦੀ ਖੇਡ ਸੀ। ਪਰ ਇਹ ਜਿਹੜਾ ਜੱਟ ਅੰਦੋਲਨ ਆ, ਇਹ ਕਿਉਂਕਿ ਹੁਣ ਇਹ ਫਸੇ ਸੀਗੇ, ਇਹਨਾਂ ਨੇ ਕਾਰਵਾਈ ਵੀ ਕੀਤੀ, ਇੱਕ ਦੋ ਜਿਹੜੇ ਇਹਨਾਂ ਦੇ ਵੱਡੇ ਨੇਤਾ ਸੀਗੇ ਜੱਟ ਅੰਦੋਲਨ ਦੇ ਜਿਹੜੇ ਮੋਹਰੀ ਸੀਗੇ, ਉਹਨਾਂ ਨੂੰ ਫੜ ਵੀ ਲਿਆ। ਇੱਕ ਮਲਿਕ ਹੈ, ਉਹਦੀ ਜ਼ਮੀਨ ਵੀ ਇਹਨਾਂ ਨੇ ਕੁਰਕ ਕੀਤੀ ਹੈ। ਦੂਜੇ ਜਿਹੜੇ ਨੇਤਾ ਹੈ ਹੁਣ ਉਹ ਤਿਆਰੀ 'ਚ ਹੈ। ਸੋ ਕੁੱਲ ਮਿਲਾ ਕੇ ਕਹਿ ਲਈਏ ਕਿ ਇਸ ਵਾਰ ਜਿਹੜਾ ਜੱਟ ਅੰਦੋਲਨ ਹੈ, ਇਹਦੀ ਥੋੜੀ ਜੀ ਕਹਿ ਲਈਏ ਜਿਵੇਂ ਬਣਤਰ ਹੈ, ਉਹ ਉਹਦੇ ਤੋਂ ਭਿੰਨ ਹੋਏਗੀ, ਵੱਖਰੀ ਹੋਏਗੀ। ਐਤਕੀ ਇਹ ਸੰਭਲ ਕੇ ਚੱਲਣਗੇ। ਪਰ ਜੇ ਆਪਾਂ ਕਹੀਏ ਕਿ ਇਹ ਨਰੋਲ ਜਾਟਾਂ ਦਾ ਅੰਦੋਲਨ ਹੋਏਗਾ, ਵੀ ਗੱਲ ਝੂਠ ਹੈ। ਇੱਥੇ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਵਿਰੋਧੀ ਧਿਰਾਂ ਤੇ ਬਿਲਕੁਲ ਸਪਸ਼ਟ ਹੀ ਤੁਰਨਗੀਆਂ, ਜਿਹੜੇ ਸੱਤਾਧਾਰੀ ਉਹ ਵੀ ਕਿਤੇ ਨਾ ਕਿਤੇ ਅੱਗਿਓਂ ਪਿਛੜੋਂ ਆ ਕੇ ਇਸ ਜੱਟ ਅੰਦੋਲਨ ਨੂੰ ਹਵਾ ਜ਼ਰੂਰ ਦੇਣਗੇ। ਪਰ ਪ੍ਰਵਾਸੀ ਹੈ ਜਿਹੜੇ, ਖਾਸ ਤੌਰ ਤੇ ਦਿੱਲੀ ਨੂੰ ਉਤਰ ਕੇ ਜਾਂਦੇ ਆ ਪੰਜਾਬ ਨੂੰ, ਉਹਨਾਂ ਨੂੰ ਵੀ ਚੁਕੰਨੇ ਰਹਿਣਾ ਚਾਹੀਦਾ, ਜਿਵੇਂ ਹਰਿਆਣਾ ਅਲਰਟ ਤੇ ਉਹਨਾਂ ਨੂੰ ਵੀ ਅਲਰਟ ਤੇ ਰਹਿਣਾ ਚਾਹੀਦਾ ਜੋ ਪੰਜਾਬ ਆਉਣ ਦਾ ਸੋਚਦੇ ਆ, ਖਾਸ ਤੌਰ ਤੇ ਦਿੱਲੀ ਏਅਰਪੋਰਟ ਤੋਂ ਉਤਰ ਕੇ ਜਿਹੜੇ ਪੰਜਾਬ ਆਉਂਦੇ ਆ, ਉਹਨਾਂ ਨੂੰ 5-4 ਇਹਨਾਂ ਤਰੀਕਾਂ ਦੇ ਵਿੱਚ ਜਿਹੜਾ ਹੈ ਪੂਰਾ ਚੁਕੰਨਾ ਹੋ ਕੇ ਇਹਨਾਂ ਖਬਰਾਂ ਨੂੰ ਵੇਖਣ ਦਾ, ਵਾਚਣ ਦਾ ਉਹਨਾਂ ਨੂੰ ਟਾਈਮ ਲੈਣਾ ਚਾਹੀਦਾ। ਉਸ ਤੋਂ ਬਾਅਦ ਹੀ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ। ਜੀ ਜੀ ਅਗਲੀ ਗੱਲ ਕਰਦੇ ਹਾਂ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਸ਼ਹੀਦ ਭਗਤ ਸਿੰਘ ਦੇ ਪੜਪੋਤੇ ਦੋਵਾਂ ਦਾ ਸੰਸਕਾਰ ਹੋਇਆ ਜੀ। ਦੋਨਾਂ ਦੀ ਕੱਲ ਹੀ ਮੌਤ ਦੀ ਖਬਰ ਆਈ ਸੀ ਕਿ ਹਰਕੀਰਤ ਸਿੰਘ ਹੈ ਜਿਹੜਾ ਇਹਦਾ, ਬੇਅੰਤ ਸਿੰਘ ਦਾ ਪੋਤਰਾ, ਉਹਨੇ ਖੁਦਕੁਸ਼ੀ ਕਰ ਲਈ, ਜਦਕਿ ਜਿਹੜੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪੜਪੋਤਰੇ ਸਨ ਅਵੇਜੀਤ ਸਿੰਘ, ਉਹਨਾਂ ਨੇ ਇੱਕ ਸੜਕ ਹਾਦਸੇ ਦੌਰਾਨ ਜਾਨ ਗਵਾ ਲਈ। ਔਰ ਦੋਹਾਂ ਦਾ ਹੀ ਅੱਜ ਸੰਸਕਾਰ ਹੋਇਆ, ਔਰ ਇਤਫਾਕ ਇਸ ਗੱਲ ਦਾ ਕਿ ਦੋਨੇ ਸ਼ਹਿਰ ਵੀ ਇੱਕ ਹੀ ਸੀਗਾ ਜਿੱਥੇ ਸੰਸਕਾਰ ਸੀਗੇ, ਚੰਡੀਗੜ੍ਹ ਮੋਹਾਲੀ ਅਲੱਗ ਅਲੱਗ ਰਹਿਸ਼ਾਂ ਸੀਗੀਆਂ, ਵੈਸੇ ਸ਼ਹਿਰ ਇੱਕੋ ਹੀ ਆ ਜਾਂਦਾ ਏਰੀਆ। ਜਿੱਥੋਂ ਤੱਕ ਸਵਾਲ ਹੈ ਹਰਕੀਰਤ ਸਿੰਘ ਦੀ ਮੌਤ ਦਾ, ਇਹ ਮੌਤ ਜਿਹਨਾਂ ਹਾਲਾਤਾਂ 'ਚ ਹੋਈ ਉਹ ਹਾਲਾਤ ਪਰੇ ਹੀ ਆਖੇ ਜਾ ਸਕਦੇ ਆ। ਜਿਵੇਂ ਕਹਾਣੀ ਦੱਸੀ ਜਾ ਰਹੀ ਹੈ ਕਿ ਉਹ ਆਇਆ ਸੈਰ ਕਰਕੇ, ਉਸ ਤੋਂ ਬਾਅਦ ਉਹਨੇ ਆਪਣੀ ਬੀਵੀ ਤੋਂ ਬ੍ਰੇਕਫਾਸਟ ਮੰਗਿਆ, ਅੰਦਰ ਜਾ ਕੇ ਉਹਨੇ ਗੋਲੀ ਮਾਰ ਲਈ। ਇਹ ਪੁਲਿਸ ਦੀ ਕਹਾਣੀ ਹੈ। ਹੁਣ ਖੈਰ ਮੌਤ ਹੋਈ ਹੈ, ਮੌਤ ਕਿਸੇ ਦੀ ਵੀ ਹੈ ਜਿਹੜੀ ਮਾੜੀ ਹੈ, ਪਰ ਇੱਕ ਚੀਜ਼ ਹੈ ਜਿਹੜੀ ਉਹ ਸਮਝੋ ਪਰੇ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਚਚੇਰਾ ਭਰਾ ਪਿਛਲੇ ਦਿਨ ਹੀ ਮਰਿਆ, ਜਸਵੀਰ ਸਿੰਘ ਉਹਦਾ ਨਾਂ ਸੀ, ਉਹਨੇ ਵੀ ਗੋਲੀ ਮਾਰੀ ਆਪਣੇ ਆਪ ਨੂੰ। ਇਸ ਤੋਂ ਪਹਿਲਾਂ ਲੰਬੀ ਹਲਕੇ ਦਾ ਇੱਕ ਬੜਾ ਤਗੜਾ ਸਿਪਾ ਸਲਾਰ ਸੀਗਾ ਬਾਦਲ ਪਰਿਵਾਰ ਦਾ, ਇਕਬਾਲ ਸਿੰਘ ਧਰਮਾਲੇ ਵਾਲਾ, ਉਹਨੇ ਵੀ ਇਹਨਾਂ ਹਾਲਾਤਾਂ ਦੇ ਵਿੱਚ ਹੀ ਲਗਭਗ ਆਪਣੇ ਆਪ ਨੂੰ ਗੋਲੀ ਮਾਰੀ। ਇਹ ਹੁਣ ਤੀਜਾ ਚੌਥਾ ਚਾਂਸ ਹੈ ਜਿਹੜਾ ਥੋੜੇ ਸਮੇਂ ਦੇ ਵਿੱਚ ਸਾਹਮਣੇ ਆਇਆ ਕਿ ਇਸ ਤਰ੍ਹਾਂ ਦੇ ਜਿਹੜੇ ਨੇਤਾ ਗਿਰੀ ਕਰਨ ਵਾਲੇ ਲੋਕ ਆ ਉਹ ਆਤਮ ਹੱਤਿਆ ਕਰਦੇ ਆ। ਪਰ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਖੁਦਕੁਸ਼ੀਆਂ ਦਾ ਕਾਰਨ ਕਦੇ ਨਹੀਂ ਸਾਹਮਣੇ ਆਇਆ।
ਕੋਈ ਕਹਿ ਦਿੰਦਾ ਜੀ ਤਣਾਅ ਦੇ ਵਿੱਚ ਸੀ, ਕੋਈ ਕਹਿ ਦਿੰਦਾ ਜੀ ਕਿ ਇਹ ਸਾਫ ਕਰਦਾ ਪਿਆ ਸੀ ਹਥਿਆਰ ਨੂੰ। ਯਾਨੀ ਇਹ ਇੱਕ ਦੋ ਕਹਾਣੀਆਂ ਹੀ ਆ ਜਿਹੜੀਆਂ ਹਮੇਸ਼ਾ ਸੁਣਦੇ, ਕਦੇ ਜਾਂਚ ਦੇ ਵਿੱਚ ਇਹ ਸਹੀ ਨਹੀਂ, ਸਹੀ ਤੌਰ ਤੇ ਠੋਸ ਤੌਰ ਤੇ ਨਹੀਂ ਆਇਆ ਕਿ ਕਾਰਨ ਕੀ ਸੀ। ਸੋ ਇਹ ਆਪਣੇ ਆਪ ਦੇ ਵਿੱਚ ਸਵਾਲ ਆ ਕਿ ਜਿਹੜੇ ਲੋਕਾਂ ਨੂੰ ਹੌਸਲਾ ਬਣਾਉਂਦੇ ਕਿ ਅਸੀਂ ਤੁਹਾਡੀ ਤਕਦੀਰ ਬਦਲ ਦਿਆਂਗੇ, ਉਹਨਾਂ ਦਾ ਹੌਸਲਾ ਢਹਿੰਦਾ ਹੈ, ਜਾਂ ਘਰੇਲੂ ਕਲੇਸ਼ ਉਹਨਾਂ ਤੇ ਵੀ ਹਾਵੀ ਹੋ ਜਾਂਦੇ ਆ, ਜਾਂ ਫਿਰ ਉਹ ਕਹਿ ਲਈਏ ਕਿਤੇ ਨਾ ਕਿਤੇ ਜੋ ਬਾਹਰੀ ਦੇਖਦੇ ਆ, ਬਾਹਰੀ ਜੋ ਉਹਨਾਂ ਦੀ ਦੇਖ ਆ ਉਹਦੇ ਤੋਂ ਉਲਟ ਬਿਲਕੁਲ ਹੀ ਜਿਵੇਂ ਕਹਿ ਲਈਏ ਕਿ ਹੌਸਲਾ ਰੱਖਣ ਵਾਲੇ ਇਨਸਾਨ ਨੇ। ਸੋ ਇਹਨਾਂ ਚੀਜ਼ਾਂ ਦਾ ਕਦੇ ਵੀ ਸੱਚ ਸਾਹਮਣੇ ਨਹੀਂ ਆਇਆ, ਜੋ ਬੜਾ ਖਾਸ ਤੌਰ ਤੇ ਉਹਦੀ ਜੀ ਵਰਗ ਦੇ ਵਿੱਚ ਅੱਜ ਕੱਲ ਬੜਾ ਚਰਚਾ ਦੇ ਵਿੱਚ ਹੈ ਕਿ ਜਦੋਂ ਵੀ ਲੀਡਰ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹਨਾਂ ਤੇ ਅੱਗੇ ਕਾਰਵਾਈ ਕਿਉਂ ਨਹੀਂ ਹੁੰਦੀ, ਕਿਉਂ ਠੋਸ ਕਾਰਨ ਹੈ ਜਿਹੜੇ ਸਾਹਮਣੇ ਨਹੀਂ ਆਉਂਦੇ। ਜੀ, ਤੇ ਅੱਗੇ ਵੱਧਦੇ ਹਾਂ ਜੀ। ਢੱਡਰੀਆਂ ਵਾਲਿਆਂ ਦੇ ਸਮਰਥਕਾਂ ਵੱਲੋਂ ਜ਼ਿਲ੍ਹਾ ਪੱਧਰ ਦੇ ਉੱਤੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ। ਇਹਨਾਂ ਨੇ ਆਪਣਾ ਪ੍ਰੋਗਰਾਮ ਐਲਾਨਿਆ ਹੋਇਆ ਸੀ ਕਰਕੇ ਅਸੀਂ ਹਰੇਕ ਮਹੀਨੇ ਦੀ 30 ਤਰੀਕ ਨੂੰ ਮੰਗ ਪੱਤਰ ਤਿਆਰ ਕਰਾਂਗੇ, ਔਰ ਮੰਗ ਪੱਤਰ ਦੇਣੇ ਠੀਕ ਹੈ, ਚਲੋ ਸੁਖ ਸ਼ਾਂਤੀ ਨਾਲ ਹੋ ਗਿਆ ਵੀ ਠੀਕ ਆ, ਪਰ ਸੀਬੀਆਈ ਜਾਂਚ ਵਾਲੀ ਜਿਹੜੀ ਗੱਲ ਹੈ ਉਹ ਆਖਰ ਦੀ ਹੈ, ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣ ਕੇ ਅਟਕਦੀ ਰੜਕਦੀ ਹੈ ਕਿ ਸੀਬੀਆਈ ਜਾਂਚ ਕਿਉਂ ਮੰਗੀ ਜਾ ਰਹੀ ਹੈ, ਕਿਉਂਕਿ ਸੀਬੀਆਈ ਜਾਂਚ ਹੈ ਜਿਹੜੀ ਉਹ ਜਿਸ ਤਰੀਕੇ ਨਾਲ ਦੇਖੀਏ ਕਿ ਆਪਾਂ ਬਰਗਾੜੀ ਕਾਂਡ ਦੇ ਵਿੱਚ ਚੱਲਦੀ ਪਈ, ਔਰ ਜਿਹੜੀ ਉਹਦੀ ਚਾਲ ਢਾਲ ਆ ਉਹਦੇ ਤੋਂ ਸਭ ਪਤਾ ਲੱਗਦਾ ਹੈ ਕਿ ਜੇਕਰ ਇਸ ਕੇਸ ਦੀ ਜਾਂਚ ਸੀਬੀਆਈ ਕੋਲ ਚਲੀ ਵੀ ਜਾਂਦੀ ਆ ਤਾਂ ਜਦੋਂ ਤੱਕ ਇਹ ਜਾਂਚ ਹੋਏਗੀ ਉਦੋਂ ਤੱਕ ਬਹੁਤ ਸਾਰਾ ਸਮਾਂ ਲੰਘ ਚੁੱਕਾ ਹੋਏਗਾ। ਮੇਰੇ ਖਿਆਲ ਦੇ ਨਾਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮੰਨ ਜਾਣਾ ਚਾਹੀਦਾ ਸੀ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਾਨ ਕਸੂਤੀ ਫਸੀ ਪਈ ਹੈ ਸਰਕਾਰ ਵੱਲੋਂ, ਤੇ ਉਹ ਜੇ ਕਹਿ ਦਿੰਦੇ ਜਿਵੇਂ ਨਿਤੀਸ਼ ਕੁਮਾਰ ਨੇ ਕੀਤਾ, ਉੱਥੇ ਇੱਕ ਪੱਤਰਕਾਰ ਦਾ ਕਤਲ ਹੋ ਗਿਆ, ਵਿਰੋਧੀ ਕਹਿੰਦੇ ਜੀ ਬਿਹਾਰ ਪੁਲਿਸ ਸਹੀ ਕੰਮ ਨਹੀਂ ਕਰਦੀ, ਸਹੀ ਇਹ ਜਾਂਚ ਨਹੀਂ ਕਰਦੇ ਪਏ, ਉਹਨੇ ਕਿਹਾ ਲਓ ਜੀ ਆ ਮੇਰੇ ਮੇਰੀ ਘੁੱਗੀ ਮਰਵਾਓ ਤੁਸੀਂ ਸੀਬੀਆਈ ਤੋਂ ਜਾਂਚ ਕਰਵਾ ਲਓ। ਤੇ ਉਹ ਕਿਉਂਕਿ ਉਹ ਨਿਤੀਸ਼ ਕੁਮਾਰ ਸੀਗਾ, ਉਹ ਵੀ ਹੰਢਿਆ ਹੋਇਆ ਖਿਡਾਰੀ ਹੈ, ਉਹਨੇ ਆਪਣੇ ਪਾਲਿਓ ਗੇਂਦ ਜਿਹੜੀ ਸੀਗੀ ਉਹ ਚੁੱਕ ਕੇ ਸੈਂਟਰ ਦੇ ਪਾਲੇ 'ਚ ਰੱਖ ਦਿੱਤੀ ਕਿ ਤੁਸੀਂ ਜਾਂਚ ਕਰਵਾ ਲਓ, ਔਰ ਜਾਂਚ ਹੋਈ, ਚਲੋ ਕਾਤਲ ਵੀ ਜਿਹੜੇ ਦੱਸਦੇ ਫੜੇ ਗਏ, ਉਹਦੇ ਵਿੱਚ ਵੀ ਸਿਆਸੀ ਐਂਗਲ ਸੀ, ਪਰ ਦੂਜੇ ਪਾਸੇ ਇੱਧਰ ਵਰਤੀਏ ਤਾਂ ਇੱਧਰ ਵੀ ਜਿਹੜਾ ਲਗਭਗ ਉਹੀ ਗੱਲ ਆ ਕਿ ਪ੍ਰਕਾਸ਼ ਸਿੰਘ ਬਾਦਲ ਜੇ ਇਹ ਕੰਮ ਕਰ ਲੈਂਦੇ ਆ, ਇਹ ਮੰਗ ਪੱਤਰ ਪ੍ਰਵਾਨ ਕਰਕੇ ਜਾਂਚ ਦੇ ਦਿੰਦੇ ਆ ਸੀਬੀਆਈ ਨੂੰ, ਤੇ ਤਾਂ ਵੀ ਮੇਰੇ ਹਿਸਾਬ ਦੇ ਨਾਲ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨੂੰ ਕੋਈ ਬਹੁਤਾ ਖੁਸ਼ ਹੋਣ ਦਾ ਮੌਕਾ ਨਹੀਂ ਮਿਲੇਗਾ, ਕਿਉਂਕਿ ਦੇਖੋ ਬੰਦੇ ਫੜੇ ਗਏ ਉਹ ਰਿਮਾਂਡ ਤੇ ਰਹੇ, ਰਿਮਾਂਡ ਤੇ ਚਾਰ ਚਾਰ ਪੰਜ ਪੰਜ ਦਿਨ ਰਹੇ ਆ, ਉਹਨਾਂ ਤੋਂ ਪੁੱਛ ਪੜਤਾਲਾਂ ਹੋਈਆਂ ਨੇ, ਉਹਨਾਂ ਨੂੰ ਬਾਅਦ ਦੇ ਵਿੱਚ ਜੇਲ੍ਹ 'ਚ ਘੱਲ ਦਿੱਤਾ ਗਿਆ, ਪਰ ਕਮਾਲ ਦੀ ਗੱਲ ਹੈ ਕਿ ਪੁਲਿਸ ਉਹਨਾਂ ਤੋਂ ਕੁਝ ਵੀ ਪੁੱਛਣ 'ਚ ਤੇ ਲੋਕਾਂ ਨੂੰ ਕੁਝ ਵੀ ਦੱਸਣ 'ਚ ਅਸਮਰੱਥ ਹੈ, ਕਿਉਂਕਿ ਬੰਦੇ ਉਹ ਕਿ ਪੁਲਿਸ ਕਹਿੰਦੀ ਕਿ ਇਹਨਾਂ ਨੇ ਹਮਲਾ ਕੀਤਾ, ਪਰ ਪੁਲਿਸ ਇਹ ਨਹੀਂ ਦੱਸ ਰਹੀ ਕਿ ਜਿਹੜੀ ਤੁਸੀਂ ਪੁੱਛ ਪੜਤਾਲ ਕੀਤੀ ਉਹਨਾਂ ਤੋਂ, ਉਹਨਾਂ 'ਚ ਕੀ ਉਹਨਾਂ ਕਿਸੇ ਦਾ ਨਾਮ ਲਿਆ ਕਿ ਭਾਈ ਫਲਾਣਿਆਂ ਬੰਦਿਆਂ ਨੇ ਸਾਨੂੰ ਕਿਹਾ ਸੀ ਹਮਲਾ ਕਰਨ, ਕੁਝ ਵੀ ਨਹੀਂ ਦੱਸਿਆ। ਇਹਦਾ ਮਤਲਬ ਹੈ ਕਿ ਪੁਲਿਸ ਦੇ ਪਿੱਛੇ ਕੋਈ ਨਾ ਕੋਈ ਇਹੋ ਜਿਹੀ ਤਾਕਤ ਹੈ ਜੋ ਇਸ ਕੇਸ ਨੂੰ ਠੰਡਾ ਪਾਉਣਾ ਚਾਹੁੰਦੀ ਹੈ। ਦੂਜੇ ਪਾਸੇ ਵੇਖੀਏ ਤਾਂ ਧੁੰਮਾ ਸਾਹਿਬ ਨੇ ਜਿਹੜੇ ਉਹ ਵੀ ਬਰਾਬਰ ਰੱਖੀ ਆਉਂਦੇ, ਸਭ ਕੁਛ ਬਰਾਬਰ ਹੀ ਕਰੀ ਆਉਂਦੇ, ਹਾਲੇ ਮੰਗ ਪੱਤਰਾਂ ਵਾਲਾ ਜਿਹੜਾ ਸਿਲਸਿਲਾ ਉਹਨਾਂ ਨੇ ਤੋਰਿਆ, ਹੋ ਸਕਦਾ ਕੱਲ ਇਹੋ ਜਿਹੀ ਰਣਨੀਤੀ ਉਹ ਅਪਣਾ ਲੈਣ। ਪਰ ਦੂਜੀ ਗੱਲ, ਸੀਬੀਆਈ ਦੀ ਜੇ ਜਾਂਚ ਕਰਵਾਉਣੀ ਚਾਹੁੰਦੇ ਆ, ਕਿਉਂਕਿ ਇਹ ਤੇ ਸਾਫ਼ ਹੈ ਨਾ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਨਾ ਤੇ ਪਾਰਦਰਸ਼ੀ ਹੈ ਤੇ ਨਾ ਹੀ ਇਹਨਾਂ ਨੂੰ ਸੰਤੁਸ਼ਟ ਕਰਨ ਵਾਲੀ ਹੈ, ਪਰ ਮਸਲਾ ਇਹ ਹੈ ਕਿ ਜੇਕਰ ਇਹਨਾਂ ਨੂੰ ਲੱਗਦਾ ਹੈ, ਢੱਡਰੀਆਂ ਵਾਲੇ ਹੋਰਾਂ ਨੂੰ ਲੱਗਦਾ ਹੈ ਕਿ ਇਸ ਹਮਲੇ ਦੇ ਪਿੱਛੇ ਕਰਵਾਉਣ ਵਾਲਾ ਕੋਈ ਹੋ ਰਿਹਾ, ਤੇ ਉਹਦਾ ਨਾਂ FIR ਦੇ ਵਿੱਚ ਕਿਉਂ ਨਹੀਂ ਦਿੱਤਾ ਇਹਨਾਂ ਨੇ? ਇਹ ਧੁੰਮਾ ਦਾ ਅਸਿੱਧੇ ਤੌਰ ਤੇ ਧੁੰਮਾ ਦਾ ਨਾਂ ਲੈਂਦੇ ਆ ਕਿ ਮਾਸਟਰ ਮਾਇੰਡ ਹੈ ਜੀ, ਮਾਸਟਰ ਮਾਇੰਡ ਆ, ਜਦਕਿ ਹਰਨਾਮ ਸਿੰਘ ਧੁੰਮਾ ਦਾ ਉਹਦੇ 'ਚ ਨਾਂ ਹੀ ਨਹੀਂ FIR ਦੇ ਵਿੱਚ। ਹੁਣ ਜਿਹਦਾ ਨਾਂ ਹੀ ਨਹੀਂ FIR ਦੇ ਵਿੱਚ, CBI ਵੀ ਉਹਨੂੰ ਬਹੁਤ ਔਖਾ ਕਿ CBI ਚੱਕ ਕੇ ਜਲਦੀ ਜਲਦੀ ਆਪਦੇ ਸਿਕੰਜੇ 'ਚ ਲੈ ਲੇਗੀ, ਕਿਉਂਕਿ FIR ਦੇ ਵਿੱਚ ਨਾਂ ਹੀ ਨਹੀਂ। ਜਿਹੜੀ FIR ਨੇ ਇੱਥੋਂ ਲੈ ਕੇ ਸੁਪਰੀਮ ਕੋਰਟ ਤੱਕ ਜਾਣਾ ਹੁੰਦਾ, ਉਸ FIR ਦੇ ਵਿੱਚ ਜਦੋਂ ਕਿਸੇ ਦਾ ਨਾਂ ਹੀ ਨਹੀਂ, ਤੇ ਉਹ CBI ਵੀ ਮੇਰੇ ਹਿਸਾਬ ਨਾਲ ਬਹੁਤਾ ਕੁਝ ਨਹੀਂ ਕਰ ਸਕਦੀ। ਅੰਦਰੂਨੀ ਸੂਤਰ ਦੱਸਦੇ ਆ ਕਿ ਹਰਨਾਮ ਸਿੰਘ ਧੁੰਮਾ ਜਿਹੜਾ ਉਹ ਆਪਣੀ ਜਿਹੜੀ ਅਗਾਊ ਜ਼ਮਾਨਤ ਹੁੰਦੀ ਹੈ, ਅਗੇਤੀ ਜ਼ਮਾਨਤ, ਉਹ ਲੈਣ ਦੀਆਂ ਵੀ ਤਿਆਰੀਆਂ ਕਰਦਾ ਪਿਆ। ਸੋ ਕੁੱਲ ਮਿਲਾ ਕੇ ਜੇ ਦੇਖੀਏ
कि मसला यह है कि चाहे वह सीबीआई जांच का मंग मन के उधरों भी उन्हों भी खुश करके उधरों उन्हों भी खुश करके किसी ना किसी पासे ये जिहड़ा मसला है लग सकता लाया जाएगा और दोनों ही पासे दोनों ही धिरां नूं शायद रजामंद कर लिया जाएगा। कल नूं अंतरिम कमेटी है जिहड़ी एसजीपीसी दी उहदी भी मीटिंग है वो भी जोर ला रहे जोर अजमाई करते हैं। सुलह सफाई दिया भी जिहड़ियां खबरां मिलदियां पईआं हरनाम सिंह धुम्मा कल बोलिया ने कहा जे माफी मंग लेंदे आ कि सुलह सफाई है उधरों सुखबीर सिंह बादल होरां ने मकड़ होरां नूं कहा कि भाई जी कोई भी जुगत लड़ाओ इन्हां दी आपस च जफ्फी पवाओ पाया जांदी है सुलह सफाई है पर सुलह सफाई उस बंदे दे परिवार तो बिना किवें हो सकदी है बिल्कुल, जिहदा बच्चा रोजाना पूछता जी कि मेरा पिताजी क्यों नहीं आया। क्यों नहीं आया जी। जे इस बार भी काली जीत गए तां मेरा तजर्बा जीरो समझियो। ये कैप्टन अमरिंदर सिंह जेडे है वो अपने तजर्बे ते बड़े कॉन्फिडेंट है और बड़े विश्वास है उन्होंने आत्मविश्वास है कि मेरा तजर्बा जेड़ा वो कुंदा नहीं हुंदा झूठा नहीं पैंदा पर ये तजर्बा पिछलियां चोणां च नक दे मूंह ढकिया सी हलवाई वाते सी इन्हां ने और जिहड़े वो कुड़ते हुंदे अद्धियां बाहवां वाले वो सवाते सी इन्हां ने सवाले सी दूजिआं नूं जी सवाते सी नाल दिआं नूं कि भाई सौं आपां ने इन्हां लीडरां च चुकणी है सब कुछ हो गया सी पर ऐन मौके ते जो होया उहने इन्हां दे नाल ऐसी कीती कि खाधी पीती रहि गई नहाती धोती रहि गई नक ते मक्खी पै गई वो कर लिया नहीं कि उही कुछ होया ते उहो जे लगभग फिर जिहड़ा आत्म विश्वास आ बनता जा रिहा है कैप्टन अमरिंदर सिंह दा कि ये हर हाल दे विच कह रहे हैं कि अकाली जेड़े आ रिपीट नहीं हो सकते जबकि यही चीजा आपां वेख लईआं है उल्ट होंदियां बंगाल दे विच उत्थे ममता बनर्जी नूं सारे कहिंदे सी कि ममता गई और ममता ऐसी आई कि उहने सारे खिलारते। दूजे जी पासे अम्मा जयललिता उहनूं भी कहिंदे सी कि ऐतकी जिहड़ी है जयललिता उह नहीं परतदी उह नहीं परतदी ते जयललिता वेख लो जी हुण उह मुख्यमंत्री बणी ते किवें उहदे पैरां 'च डिगदे फिरदे वड्डे वड्डे मंत्री ते बिल्कुल ये चीजां उत्थे साबित हो गईआं कि अगाऊ जिहड़ा कोई भी अंदाजा कोई भी क्या फल लाउणा खास तौर ते किसे सियासी संगठन दे मोहरी वल्लों ये खतरे तो खाली नहीं पर कैप्टन बिल्कुल अमरिंदर सिंह वही गलतियां तकरीबन दोहरा जा रहा है। असल दे विच कैप्टन अमरिंदर सिंह ने जो तवक्को कीती सी कि एकदम मैं आवां ते शायद कांग्रेस है जिहड़ी वो जिवें झुरलू फेर दिंदे कि झुरलू फिरांगा ते कांग्रेस है जिहड़ी वो नरजीव तो संजीव हो जाएगी पर ऐसा कुछ भी नहीं है। इन्हां दियां गिणतियां मिणतियां हो सकदियां पर जे धरातली सच वेखीए ता इन्हां नूं जरूरत इस गल दी सीगी कि देखो 8-9 साल इन्हां दा जिहड़ा हेठला कड रिहा वर्कर जिन्हों कहते हैं असली वर्कर जो झंडे लाने तो लैके डांगा खाने तक का काम करता है जी वो वर्कर 8 साल कला रोंदा रहा 8 साल तो भी उत्ते वो कला रोंदा रहा किसी ने इन्हां दी बात नहीं पूछी। कैप्टन ते बाजवा पठल उदो जगमीत बराड़ भी नाल सी सारे धड़े ही सी इन्हां दे जिन्नियां जिन्ने मैनूं लगदा अखर हुंदे राशियां दे उह सारे धड़े ही सीगे तां इह आपस दे विच खिचोतन च लगे सन ते हेठला इन्हां दा काडर दुखी होया इन्हां दी मुट्ठी चों खिसकदा गया। जी जरूरत इस गल दी सी कि कैप्टन अमरिंदर सिंह वो खिसके हुए काडर नूं दोबारा जिहड़ा कि बहुता आम आदमी पार्टी जां होर किसे धड़यां च वंडिया गया उस काडर नूं दोबारा अपने वल लिआउण दी कोशिश करदे पर उन्हां वर्करां नूं उस काडर नूं अपने नाल मुड़ स्थापित करन दी थां ते इह कालजां च फिरदे आ यूनिवर्सिटियां च फिरदे आ जां नारा कढ लिआउंदे आ। उह प्रशांत किशोर अज फिर कढ लिआया कि बाहरी बनाम पंजाब दा कैप्टन कि इह जिहड़ा मुकाबला है उह बाहर लिआंदा ते उह पंजाब दे कैप्टन दा हुण दसो बाहरला बीबी सोनिया गांधी तो फिर बाहरला कौन है वो तो बिल्कुल इटली तो आके पार्टी चला रही है। अरविंद केजरीवाल तो इथों दा जंपा लिया वो तो इथों दा है कौमी पार्टी वो है कौमी पार्टी वो है जे देखिए था कोई बाहर ही वाला कोई गल ही है नहीं पर वो जेड़ा प्रशांत किशोर है प्रशांत
पता नहीं क्यों मेरे ख्याल दे नाल ते कोई दुश्मनी कटन जा रहा है दे नाल, क्योंकि इन्हें कहा कि रात वाला मेरा होना आखिरी रात वाला जलवा है। सो इन्होंने कहा सीगा कि इलेक्शन आखिरी है, तो मैंने लगता कि यादगार बनाने लिए बड़ा ही ज्यादा काला है। वो यहो जे नारे दे जाता काम करने वाले पासे नहीं आते, जो करने की जरूरत है वो करने की थान से कैप्टन अमरिंदर सिंह वो करते पे आ, जिवें इन्होंने पिछली बारी याद आ चोणा होनिया सन ते इन्हां जी दे जिहड़े दावेदार सी टिकटां दे ओह दिल्ली बैठे सन, ते ओह 6 दिन उत्थे डीकदे रहे सोनिया दे बार मूहरे, ते ये जनाब उत्थे अजमेर उरूसा आलम नूं सैर करवाउंदे फिरदे सी, ओह 8 दिन उत्थे बहि बूह के मुड़ आए, ते ओहो जिहियां गलतियां फिर दोहराउंदे नजर आउंदे कैप्टन साहब। बिल्कुल जी, समझदे नहीं शायद ये तजुर्बा जिहड़ा अपना भुल्ली जांदे आ। स्वराज वालिया ने पंजाब दे विच बनाई नवीं पार्टी ते नाल ही सियासत शुरू। स्वराज वालिया ने वैसे एक बारी एहो जिहा हार्न मारिया कि सारे इन्हां वल वेखण लग पए कि स्वराज किधरों आ गया, जिवें स्वराज ट्रैक्टर अपने जी पिंडां च बड़ा मशहूर हुंदा 855, जी उवें जदों इन्हां ने कल पार्टी दा अचानक हार्न मार दिता कि असीं आ गए, ते सारे वेखण लग पए भी ये किधरों आ गए। हौली हौली पता लगा जी प्रोफेसर मनजीत सिंह बड़े काबल इंसान ने, वो भी विद्वान ने, उन्हां दी रहनुमाई हेठ पार्टी बन गई। पता उदों लगा कि तत्फट इन्हां ने तां जिहड़ा आ वो अपनी गुलकंद का समान जोड़ लिया। उस तो बाद फिर जिहड़ियां गिणतियां मिणतियां शुरू होईयां इत्थों तक क्याफे लगन लग पे कि इहदा नुकसान किहनूं हो, ते जिहड़े सियासी पंडित सी उन्होंने कहा कि आम आदमी पार्टी नूं सब तो पहला खोरा लगेगा, क्योंकि बहुते लोग उही है जिहड़े आम आदमी पार्टी चों निराश हो के गए आ, जी और ये एक प्लेटफार्म भी बन सकता है जिहड़े निराश होणगे हाले जिन हाले होर भी होना ना, कई निराश होणगे, कई टिकट ना मिलण तो नाराज भी होणगे, कि उन्हां लई भी एक मंच साबित हो सकता है, क्योंकि अकालियां वल भी नहीं जाणगे कांग्रेस वल भी नहीं जाणगे, तां उन्हां कोल एक दरवाजा जिहड़ा ये जरूर खुल गया। पर इस तों अगला जिहड़ा विवाद सी वो इस गल नूं लैके सीगा कि इन्हां ने कहा सीगा कि डॉक्टर धर्मवीर गांधी ते हरिंदर सिंह खालसा दा जिहड़ा सानूं समर्थन है, जी उन्होंने कहा है, पर उन्होंने कहा कि कन्वेंशन बारे उन्हें एक पत्र से दस्तखत जरूर किए सन, पर पार्टी बनाने लई किते भी उन्होंने हामी नहीं। यही नहीं, हुण डॉक्टर धर्मवीर गांधी ते हरिंदर सिंह खालसा होरां दा जवाब नहीं, उत्तों जिहड़े स्वराज लहर दे मोढ़ी आ जिवें भूषण जी ने योगेंद्र यादव ने उन्हां वल्लों ये कहा गया है, उन्हां दे जिहड़े मीडिया मुखी है उन्हां वल्लों स्पष्ट तौर पर कहा गया कि जिहड़ी प्रक्रिया अपनाई जानी चाहीदी सी सिधांतां मुताबक वो नहीं अपनाई गई, इस करके स्वराज जिहड़ी लहर है स्वराज हाईकमान है वो इस पार्टी नूं मानता नहीं दिंदी। इहदा मतलब है कि पार्टी है जिहड़ी वो पंजाब दे विच ही पैदा हुई ते पंजाब दे विच ही वो ढकी जिहड़ी रिझी गई किसी नूं पता भी नहीं लग्गिया। खैर बिल्कुल ये मुद्दा हुण जिहड़ा डॉक्टर धर्मवीर गांधी ते हरिंदर सिंह खालसा वाला ये मामला जे आपां मनीए ते ये जापता इउं ही है कि पार्टी का जिहड़ा गठन होया गठन ते होया रल मिल के, पर जदों हुण सिटे जिवें वो गाणा है मिर्जा साहिबां दा माणक ने गाया जी सिट्टा वेख्या कमाए जदों इश्क दा साहिबां उची उची मार दिए था, तो वो सिट्टा जदों वेख्या, क्योंकि ये हैगे ने आम आदमी पार्टी दे सांसद, जे इस तरीके नाल दूजी पार्टी दे विच जाणगे तो जिवें अगे असीं वेख्या उत्तराखंड दे विच वो जिहड़े 8-9 इधरों टुट के उधर गए सन वो दल बदली वाले चक्कर दे विच उन्हां दी वोट ही कैंसल हो गई सी, सो बिल्कुल दल बदली वाला भी जिहड़ा एक कुहाड़ा इन्हां नूं दित्ता सी, इस करके शायद पैर पछाड़ी हो गए आ। हुण इह अगे देखदे आ कि डॉक्टर धर्मवीर गांधी जिहड़े और हरिंदर सिंह खालसा जिहड़े हामी ते भरदे पए आ कि असीं कन्वेंशन ते दस्तखत कीते सन कन्वेंशन संबंधी पर पार्टी बनाउण संबंधी नहीं, इहदा मतलब है कि अंदरों राजी ने तारा अंदरों जुड़ियां ने। हुण वेखणा इह होएगा कि हाईकमान भी इन्हां नूं प्रवानगी नहीं दे रहा, सीधे रूप दे विच इह भी नहीं तुरदे पए, तां इह जिहड़ा स्वराज आ उह किन्ना कु कमाद ढोएगा ਇਹ ਆਉਣ ਵਾਲਾ ਹੁਣ ਸਮਾਂ ਦੱਸੇਗਾ। ਬਿਲਕੁਲ, ਤੇ ਫਿਰ ਕਿਤੇ ਇਹ ਚੀਜ਼ਾਂ ਦੇਖਦੇ ਹੋਏ ਵਾਕਿਆ ਹੀ ਕਿਤੇ ਕੈਪਟਨ ਹੁਣਾਂ ਦਾ ਤਜਰਬਾ ਜੀਰੋ ਤਾਂ ਨਾ ਹੋ ਜੂ। ਕੈਪਟਨ ਦੇ ਤਜਰਬੇ ਤੇ ਐਤਕੀ ਬਾਹਲੀ ਨਜ਼ਰ ਆ ਜੀ ਸਾਰਿਆਂ ਦੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਵਾ ਕਿ ਆਖਰੀ ਇਲੈਕਸ਼ਨ ਹੈ, ਤੇ ਉਹ ਜੀਰੋ ਹੋ ਵੀ ਗਿਆ ਤੇ ਕੋਈ ਖਾਸ ਫਰਕ ਨਹੀਂ ਪੈਣਾ, ਉਹ ਉਹਨਾਂ ਕਹਿ ਕੋਲ ਫਿਰ ਦੇਣਗੇ ਕੋਈ ਲੈਣਾ। ਗੱਲ ਨਹੀਂ ਜੀ,
हाँ जी, उन्होंने कह देना जी कोई गल नहीं, सियासत दे विच जिहड़े घाटे खा के तजर्बे आउंदे, चलो ये तजर्बा जीरो हो गया, तजर्बा तो एक नवा आ गया। नवा आ गया जी। पंजाब दे विच एक चंगी पहल देखी गई, 150 दे करीब पंचायतां ने शमशान घाट एक कीते। ये चंगी पहल सी, सरकार ने काफी जोर भी लाया, हालांकि नतीजा साल 1.5 साल पहला मनफी रहा, उस तो बाद जेड़ा मीडिया सीगा उन्हें आलोचना भी की सी कि इन्होंने जो ऐलान किया भी विशेष ग्रांट देंगे शमशान घाट वाले पिंडां नूं पंचायतां नूं, उहदा भी कोई सिट्टा नहीं निकलिया, पर उस तो बाद इन्होंने थोड़ा जिहा अपने आप नूं तेज किया, खास तौर पर जो ये खबर आई कि जेडे मैंबर पार्लीमेंट आ वो हस्पतालों में घट ग्रांट देंगे, शमशान घाट ना ज्यादा देंगे, क्योंकि इतने हरेक फिरके का हरेक तबके का आपका जिहड़ा शमशान घाट है। तो कुछ आलोचनावां झल के कुछ सबक लैके सरकार ने कुछ चंगियां पहलकदमियां कीतियां, और खास तौर पर जिहड़े HC अरोड़ा वर्गे समाज सेवी वकील आ उन्होंने भी चंगियां कोशिशां कीतियां इस बाबत, तो उन्होंने रलवियां मिलवियां कोशिशों का सिट्टा यह निकलिया कि पंजाब के 13,000 के करीब पिंडा चो 150 के करीब पंचायत ऐसा नेतरिया ने जिन्होंने एक तो वह अपने पिंडा च जोड़े शमशान घाट से उन्हों का रलेवा करद्या एक शमशान घाट है जोड़ा स्थापित किया। पर ये देखिए जोड़े शमशान घाट होए आ एक होए जे सर्बसांझे उन्होंने बहुते जेडे शमशान घाट वाले पिंड आने फतेहगढ़ जी जिला जिमें 74 ने, लुधियाने च 6 ने, पटियाले च 68 ने, ते बरनाले च 1 आ, ते संगरूर च 9 आ, मतलब कि फतेहगढ़ ते पटियाला दो ही जिले आ जिथे इस लहर का फर्क पिया है, कोई असर पिया है, यानी फतेहगढ़ जिले के 74 ते पटियाले दे विच 59 है, बाकी लुधियाने च सिर्फ 6, बरनाले च ते सिर्फ 1.25 लाख ही है, संगरूर दे विच 9। सो इहदा मतलब यह है कि दो ही जिलों के विच हाले तक इस चीज का असर होया, पटियाला ते फतेहगढ़ साहब, ते जी असर असली असर उदों वेखण नूं मिलदा है जदों ये असर पैंदा पैंदा मानसा बठिंडा मुकतसर तक पहुंचता, फिर असीं कह दे सकते हैं कि सारा पंजाब है जिहड़ा तर गया, क्योंकि जदों इधर नूं आउंदा ना ये सारा सारा कह सकते कि ये जिहड़ा टेल वाला एरिया है, तां उस एरिए च आ के असर दा पता लगदा है। हुण प्रकाश सिंह बादल दे आपदे हल्के दे विच आपदे पिंड दे विच एक तो वध शमशान घाट आ, ते जी ये जिला है जिहड़ा ये जिला इस सूची दे विच ही नहीं किते। हुण देखो जे इहो जिहियां तुसीं नज़ीरां बनाउणियां ने, मिसालां बनाउणियां ने, तां मिसाल तुहानूं आपणा घर बनाउणा पैंदा, सो बिल्कुल ये ठीक है संतुष्टि देण वाला है, पर ये सारे जिलों तक असर जाना चाहिए। और दूजी गल, एक कला शमशान घाटा तक ही क्यों रवे, शमशान घाटा च कला वितकरा नहीं हुंदा, वितकरा स्कूलों च भी हुंदा है, वितकरा फैक्ट्रिया च भी हुंदा है, वितकरा जजा नाल अदालतों च भी हुंदा है, और इत्थों तक कि वितकरा ते साडे घरां च भी हुंदा है, असीं दलित नूं कमी कह के उहनूं विहड़े च नहीं वड़न दिंदे, उहदे लई मंजी अड्ड है, उहदे लई भांडे अड्ड है, उहदा परछावां नहीं चौंकी ते पैण दिंदे। सो ये जात वाला जिहड़ा भूत आ जिन आ ये हरेक थों ही कढ़न वाला। जी। अगली गल करिए, 18 चित्रकारां ने चंडीगढ़ दे विच किसानां दे दर्द लोकां नूं दिखाए। एक बहुत वधिया उद्यम कीता ना कलाकारा ने ना फनकारा ने, जिन्हें चित्रसाज सी चंगे मशहूर 18 के करीब जिन्हां दी गिणती सी, उन्होंने चंडीगढ़ सुखना झील दे लागे ये नुमाइश लाई, अपनिया वनगियां दे विचों किसानां दा दर्द विखाया, यानी कह सकते हैं कि किसान के हटकोरिया रंगा दे विच परो के लोगों तक पहुँचाया कि किसान का हाल की है, किसानी के जिहड़ा संकट आया उन्हें किस तरह किसानी के किसानों के हौसले खेरू खेरू कर दिते, खुशियां जिहड़ियां वो कह लिए कि टूटे टूटे कर दियां, ये चंगी पहल कही जा सकती है, ये तो सबक लेना चाहिए दूसरे फनकारा भी, चाहे कोई गीत लिखण वाला है, चाहे कोई कवि है, चाहे कोई बुत साज है, चाहे कोई होर फनकार है किसी भी कला के नाल जुड़िया, तो उन्होंने अपनी कला के नाल
ਇਸ ਦਰਦ ਨੂੰ ਉਭਾਰਨਾ ਚਾਹੀਦਾ ਹੈ ਤਾਂ ਕਿ ਇਹ ਦਰਦ ਵੱਧ ਤੋਂ ਵੱਧ ਲੋਕਾਂ ਤੱਕ ਜਾ ਸਕੇ, ਖਾਸ ਤੌਰ ਤੇ ਪੜ੍ਹੇ ਲਿਖੇ ਵਰਗ ਤੱਕ, ਸ਼ਹਿਰੀ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਹ ਅਸਲੀ ਦਰਦ ਕੀ ਹੈ ਕਿਸਾਨੀ ਦਾ, ਤਾਂ ਉਹਨਾਂ ਤੱਕ ਵੀ ਜਾਵੇ ਔਰ ਜਿਹੜੇ ਦੂਰ ਦਰਾਡ ਦੇ ਲੋਕ ਆ ਉਹਨਾਂ ਤੱਕ ਵੀ ਜਾਵੇ, ਤਾਂ ਕਿ ਇਹ ਅੰਨੀਆਂ ਬੋਲੀਆਂ ਸਰਕਾਰਾਂ ਤੱਕ ਵੀ ਜਾਵੇ, ਕੁਛ ਭਲਾ ਹੋਵੇ। ਮੇਰੇ ਖਿਆਲ ਦੇ ਨਾਲ ਪੰਜਾਬੀ ਕਲਾਕਾਰਾਂ ਤੇ ਇਹੋ ਜਿਹਾ ਕੁਛ ਖਾਸ ਕਰਨਾ ਚਾਹੀਦਾ, ਪਰ ਗਿਲਾ ਇਸ ਗੱਲ ਦਾ ਹੈ ਕਿ ਬਹੁਤ ਘੱਟ ਕਰਦੇ ਆ। ਕੈਨੇਡਾ ਦੇ ਵਿੱਚ ਅੱਗ ਲੱਗੀ ਹੈ ਆ ਪਿੱਛੇ ਜੇ, ਬਹੁਤ ਹਜ਼ਾਰਾਂ ਲੋਕ ਹੈ ਜਿਹੜੇ ਬੇਘਰ ਹੋਏ। ਹੁਣ ਦੇਖੋ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਤਿੰਨ ਚਾਰ ਦੇਸ਼ ਹੈ ਜਿਹੜੇ ਇਹਨਾਂ ਦੀਆਂ ਓਡੀਆਂ ਸਕਾਉਡੀਆਂ ਕਾਰਾਂ ਦੇ ਤੇਲ ਤੋਂ ਲੈ ਕੇ ਜੋ ਇਹਨਾਂ ਨੇ ਪਾਈਆ ਪਾਈਆ ਦੇ ਸੰਗਲ ਗਲ ਚ ਪਾਏ ਹੁੰਦੇ ਸੋਨੇ ਦੇ, ਇਹ ਸਾਰੇ ਕੁਛ ਉਧਰੋਂ ਇਹਨਾਂ ਮੁਲਕਾਂ ਚ ਕਮਾਏ ਜਾਂਦੇ ਆ। ਬਹੁਤ ਕਮਾਈ ਹੁੰਦੀ ਹੈ ਪੰਜਾਬੀ ਕਲਾਕਾਰਾਂ ਦੇ, ਖਰਚੇ ਵਰਚੇ ਸਾਰੇ ਉਧਰੋਂ ਨਿਕਲਦੇ ਆ, ਉਹ ਮੁਲਕ ਫਰਾਕ ਦਿੱਲੀ ਨਾਲ ਇਹਨਾਂ ਨੂੰ ਕਮਾਈ ਕਰਕੇ ਦਿੰਦੇ ਆ ਜਦੋਂ ਇਹਨਾਂ ਦੇ ਸ਼ੋਜ਼ ਆਉਂਦੇ ਆ। ਪਰ ਉੱਥੇ ਕੈਨੇਡਾ ਦੇ ਵਿੱਚ ਉੱਥੋਂ ਦੇ ਜਿਹੜੇ ਪ੍ਰਵਾਸੀ ਸੀਗੇ, ਸਰਦਾਰ ਸੀਗੇ, ਸਿੱਖ ਸੀਗੇ, ਪੰਜਾਬੀ ਸੀਗੇ, ਦਿਲ ਖੋਲ੍ਹ ਕੇ ਉਹਨਾਂ ਨੇ ਡੋਨੇਸ਼ਨ ਦਿੱਤਾ, ਪਰ ਕਿਸੇ ਕਲਾਕਾਰ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਚਲੋ ਹੋਰ ਨਹੀਂ ਤੁਸੀਂ ਸਾਨੂੰ ਵੀਜ਼ਾ ਦੇ ਦਿਓ, ਅਸੀਂ ਚੈਰਿਟੀ ਲਈ ਕੋਈ ਦੋਸ਼ ਸ਼ੋਅ ਹੀ ਕਰ ਦਿੰਦੇ ਹਾਂ। ਕਿਸੇ ਨੇ ਅੱਗੇ ਆ ਕੇ ਇਹੋ ਜਿਹੀ ਮਿਸਾਲ, ਇਹੋ ਜਿਹੀ ਨਜ਼ੀਰ ਪੈਦਾ ਨਹੀਂ ਕੀਤੀ। ਸੋ ਹੁਣ ਇਹਨਾਂ ਨੂੰ ਸਬਕ ਲੈ ਕੇ ਆਪਣੀ ਪੰਜਾਬ ਦੀ ਕਿਸਾਨੀ ਲਈ, ਖਾਸ ਤੌਰ ਤੇ ਚੰਡੀਗੜ੍ਹ ਦੇ ਜਿਹੜੇ ਇਹ ਫਨਕਾਰ ਹੈ ਜਿਨ੍ਹਾਂ ਨੇ ਇਹ ਮਿਸਾਲ ਪੈਦਾ ਕੀਤੀ, ਇਹਨਾਂ ਤੋਂ ਸਬਕ ਲੈ ਕੇ ਇਸ ਚੀਜ਼ ਨੂੰ ਉਭਾਰਨਾ ਚਾਹੀਦਾ ਔਰ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਨੋ ਫਾਰਮਰ ਨੋ ਫਿਊਚਰ, ਔਰ ਇਹ ਵੀ ਸੋਚਣਾ ਚਾਹੀਦਾ ਕਿ ਭਾਈ ਜਿਹੜੀ ਰੋਟੀ ਤੁਸੀਂ ਆਪਣੇ ਸੰਘੂ ਹੇਠ ਕਰਕੇ ਆਪਣੀ ਭੁੱਖ ਤ੍ਰਿਪਤ ਕਰਦੇ ਹੋ, ਉਹ ਰੋਟੀ ਕਿਸਾਨ ਦੀ ਰੱਤ ਚ ਗੁਣ ਹੋ ਕੇ ਆਉਂਦੀ ਹੈ। ਜੀ ਜੀ ਬਿਲਕੁਲ ਬਿਲਕੁਲ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।